ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਮੋਦੀ ਨੇ ਕਰਤਾ ਜਿਹਾ ਕੰਮ ਪੂਰੀ ਦੁਨੀਆ ਰਹਿ ਗਈ ਹੈਰਾਨ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੂਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਪੀਐਮ ਮੋਦੀ ਦੁਨੀਆ ਭਰ ਦੇ ਵਿੱਚ ਕਹਿੰਦੇ ਸਭ ਤੋਂ ਹਰਮਨ ਪਿਆਰੇ ਨੇਤਾਵਾਂ ਦੀ ਸੂਚੀ ਵਿੱਚ ਸਿਖਰਾਂ ਤੇ ਪਹੁੰਚ ਚੁੱਕੇ ਨੇ ਇੱਕ ਸਰਵੇ ਦੇ ਮੁਤਾਬਕ ਉਹਨਾਂ ਨੂੰ ਇਸ ਦੇ ਵਿੱਚ 75% ਦੀ ਰੇਟਿੰਗ ਮਿਲੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰੀਅਤਾ ਕਿਸੇ ਵੀ ਦੇਸ਼ ਦੇ ਨੇਤਾ ਤੋਂ ਕਿਤੇ ਜ਼ਿਆਦਾ ਹੈ ਉਹ ਰੈਂਕਿੰਗ ਚੂਟੀ ਤੇ ਬਣਿਆ ਨੇ ਅਮਰੀਕਾ ਆਧਾਰਿਤ ਮਾਰਨਿੰਗ ਕੰਸਲਟ ਦੁਆਰਾ ਹਾਲੀ ਦੇ ਵਿੱਚ ਕੀਤੇ ਗਏ ਇੱਕ ਸਰਵੇ ਦੇ ਵਿੱਚ ਪਾਇਆ ਗਿਆ ਕਿ ਨਰਿੰਦਰ ਮੋਦੀ ਚੂਟੀ ਦੇ ਸਥਾਨ ਤੇ ਕਾਬਜ਼ ਨੇ ਤੇ ਗਲੋਬਲ ਲੀਡਰ ਰੈਂਕਿੰਗ ਦੇ ਵਿੱਚ ਵੱਡੇ ਫਰਕ ਦੇ ਨਾਲ ਹਾਵੀ ਨੇ ਪਰ ਦੋਸਤੋ ਤੁਸੀਂ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਪ੍ਰਸਿੱਧੀ ਦੇ ਚਾਰਟ ਦੀ ਗੱਲ ਆਉਂਦੀ ਆ ਤਾਂ ਕੋਈ ਵੀ ਨੇਤਾ ਭਾਰਤ ਦੇ ਪ੍ਰਧਾਨ ਮੰਤਰੀ ਦੇ ਨੇੜੇ ਨਹੀਂ ਆਉਂਦਾ 75% ਪ੍ਰਵਾਨਗੀ ਰੇਟਿੰਗ ਦੇ ਨਾਲ ਭਾਰਤ ਦੇ ਬਾਲਗ ਆਬਾਦੀ ਲਈ ਸਭ ਤੋਂ ਪ੍ਰਸਿੱਧ ਗਲੋਬਲ ਲੀਡਰ ਬਣਿਆ ਹੋਇਆ ਹੈ ਯੂਐਸ ਆਧਾਰਿਤ ਗਲੋਬਲ ਲੀਡਰ ਅਪਰੂਵਲ ਟਰੈਕਰ ਦੁਆਰਾ ਕਰਵਾਏ ਗਏ 22 ਕਾਉਂਟੀ ਲੀਡਰਾਂ ਦੇ ਸਰਵੇਖਣ ਵਿੱਚ ਉਹ ਨਰਿੰਦਰ ਮੋਦੀ ਦੀ 75% ਪ੍ਰਵਾਨਗੀ ਰੇਟਿੰਗ ਹੈ ਜੋ ਕਿਸੇ ਵੀ ਨੇਤਾ ਦੁਆਰਾ ਬੇਮਿਸਾਲ ਪ੍ਰਾਪਤੀ ਹੈ ਇਥੋਂ ਤੱਕ ਕਿ ਸਭ ਤੋਂ ਨਜ਼ਦੀਕੀ ਵਿਰੋਧੀ ਲੋ ਪੇਜ ਉਬਾਰਾ ਡੋਰ ਮੈਕਸੀਕੋ ਦੇ ਰਾਸ਼ਟਰਪਤੀ ਕਟੋਕਟ 12% ਤੋਂ ਵੱਧ ਦੇ ਫਰਕ ਨਾਲ ਵੱਖਰਾ ਹੈ ਧੰਨਵਾਦ